मेरे इलाके च चिड़ी पर नहीं मारदी है ਇਹਦਾ ਮਕਸਦ ਹੁੰਦਾ ਕਿ ਬੇਟਾਮੀ ਭੈਣ ਨਹੀਂ ਦੇਣੀ ਮੇਰੇ ਇਲਾਕੇ ਦੇ ਵਿੱਚ ਕਾਕਾ ਚਿੜੀ ਪਰ ਨਹੀਂ ਮਾਰਦੀ ਸਹੀ ਗੱਲ ਓਏ ਕੰਜਰਾ ਨੇ ਓਏ ਕੰਜਰਾ ਦੀ ਗੱਲ ਹੋ ਰਹੀ ਹੈ ਤੇਰੀ ਤਾਂ ਬਾਅਦ ਚ ਕਰਨੀ ਆ ਹਾਂ ਤੂੰ ਸਾਡਾ ਭਰਾ ਉਹ ਕਹਿੰਦਾ ਫਿਰ ਆਪਣੀ ਕਰਨ ਲੱਗਾ ਬੰਦਾ ਅੱਜ ਹੀ ਕੋਈ ਸ਼ਰਮ ਕਰ ਲਿਆ ਮੈਂ ਵੋਟਾਂ ਲੈ ਕੇ ਨਾਜ਼ਮ ਹੋਇਆ ਆ ਵੋਟਾਂ ਤੇ ਤੂੰ ਦੇ ਕੇ ਨਹੀਂ ਚੁੱਪ ਕਰਦਾ ਤੁਸੀਂ ਵੋਟਾਂ ਨਾਲ ਨਹੀਂ ਤੁਸੀਂ ਸਵਾਰੀਆਂ ਨਾ ਹੋਏ ਹੋ ਕਾਕਾ ਇਮਰਾਨ ਖਾਨ ਨੇ ਅੱਗੇ ਭੈਣ ਕੱਢੀ ਆ ਕੋਸ਼ਿਸ਼ ਕਰਨੀ ਆ ਕਿ ਬੇਟਾ ਵੀ ਭੈਣ ਕਿਤੇ ਵੀ ਪੇਸ਼ ਨਹੀਂ ਕਰਨੀ ਤੈਨੂੰ ਫਾਲਜ ਹੋਇਆ ਖੋਤੀ ਪਿਆ ਪੁੱਤਾ ਆ ਰੱਖਿਆ ਲਿਆ ਤੇਰੀ ਭੈਣ ਦਾ ਛਿਲਾ ਫਸਿਆ ਜਾ ਮੇਰੇ ਇਲਾਕੇ ਦੇ ਵਿੱਚ ਚਿੜੀ ਪਰ ਨਹੀਂ ਮਾਰਦੀ ਆ ਕੰਜਰਾ ਨੇ ਰੌਲਾ ਪਾਇਆ ਆ ਪੂਰਾ ਪਿੰਡ ਸਿਰ ਤੇ ਚੁੱਕਿਆ ਇਹਨਾਂ ਨੇ ਰੋਜ਼ ਲੜਦੇ ਜੋੜੀ ਸਾਹਿਬ ਰੋਜ਼ ਲੜਦੇ ਆ ਇਹਨਾਂ ਦੀ ਲੜਾਈ ਅੱਜ ਮੈਂ ਹਟਾਵਾਂਗਾ ਸਹੀ ਗੱਲ ਹੈ ਮੈਂ ਵੇਖਾਂਗਾ ਮੇਰੇ ਇਲਾਕੇ ਦੇ ਵਿੱਚ ਲੜਦੇ ਕਿੱਦਾਂ ਆ ਸਹੀ ਗੱਲ ਹੈ ਓਏ ਅਸੀਂ ਵੱਡੀਆਂ ਵੱਡੀਆਂ ਪੰਚਾਇਤਾਂ ਅਟੈਂਡ ਕੀਤੀਆਂ ਇਹ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਛੇੜਦੇ ਹੋ ਹਾਲਾਂਕਿ ਤੁਸੀਂ ਵੀ ਐਸੇ ਮਹੱਲੇ 'ਚ ਰਹਿੰਦੇ ਹੋ ਹਾਂ ਇਹ ਤਾਂ ਓਏ ਉਹ ਤਾਂ ਚੱਲ ਪਰੇ ਚੋਈ ਸਾਹਿਬ ਇਹਨਾਂ ਨੂੰ ਉਹ ਸਿੱਧਾ ਕਰ ਲਾ ਮੈਨੂੰ ਇੰਜ ਲੱਗਦਾ ਪੰਚਾਇਤ ਖਤਮ ਹੋ ਗਈ ਆ ਉਹ ਕਹਿੰਦਾ ਇਹਨੇ ਆਪਣਾ ਕੁੱਤਾ ਰੱਖਿਆ ਬੁੱਝ ਰਿਹਾ ਉਹ ਮੂੰਹ ਸਿੱਧਾ ਕਰ ਲਾ ਤੇਰੇ ਅੱਗੇ ਅੱਗ ਬਲਦੀ ਆ ਚਲੇ ਜੀ ਆ ਬਾਤ ਕਰੇ ਛੋੜੇ ਇਸ ਬਾਤ ਤੋਂ ਇਹ ਲੈ ਕੰਜਰਾਂ ਨੂੰ ਕੱਢ ਇਹਨਾਂ ਨੂੰ ਬਾਹਰ ਜ਼ਰਾ ਕੀ ਕੱਢਿਆ ਜੀ ਉਹਨਾਂ ਨੂੰ ਇਹਨੂੰ ਨਾ ਕੱਢ ਮੈਂ ਮੂੰਹ ਤੋਂ ਅੰਦਾਜ਼ਾ ਲਾਈ ਜਾਂਦਾ ਕਹਿੰਦਾ ਮੱਝ ਦੀ ਬੈਕ ਸਾਈਡ ਵਰਗਾ ਮੂੰਹ ਆ ਤੇਰਾ ਭਈਆ ਦੋੜੋ ਯਾਰ ਦੋੜੋ ਇਸੀ ਕੀ ਕਿਹਾ ਯਾਰ ਉਹ ਮੇਰਾ ਮੁੰਡਾ ਉਹਨੇ ਪੁੱਛੀ ਹੋਇਆ ਜੀ ਚੌਰੀ ਸਾਹਿਬ ਆਏ ਸਲਾਮ ਕਰੋ ਇਹ ਗੱਲ ਵੇ ਇਹ ਮੁਸਲਮਾਨ ਨਹੀਂ ਇਹ ਬਾਤ ਚੌਧਰੀ ਅੱਗੇ ਨਾ ਪਾਈ ਚਲਾਨ ਹੋ ਜਾਣਾ ਹੀ ਵਾਲਟਨ ਨਾਲ ਖਲੋਤਾ ਹੀ ਉਹ ਮੈਨੂੰ ਇਹ ਦੱਸੋ ਉਹ ਕੰਜਰਾ ਲੜਾਈ ਕਾਦੀ ਆ ਉਹ ਚੌਰੀ ਅਸੀਂ ਮਾਫੀ ਚਾਹੁੰਦੇ ਆ ਸਾਡਾ ਤੇ ਕਸੂਰ ਹੀ ਕੋਈ ਨਹੀਂ ਆ ਨਾਲ ਦੇ ਬੰਦੇ ਪੰਗੇ ਲੈ ਲੈ ਮੁੰਡੇ ਮੇਰੇ ਦਾ ਕੋਈ ਕਸੂਰ ਨਹੀਂ ਤੇਰੇ ਮੁੰਡੇ ਦਾ ਕਸੂਰ ਨਹੀਂ ਨਹੀਂ ਮੈਨੂੰ ਅੰਦਰ ਕਰਾ ਦੇ ਫਿਰ ਆ ਜਾ ਉਹ ਕਸੂਰ ਹੈ ਤਾਂ ਮੱਲੇ ਵਾਲੇ ਦਰਖਾਸਤਾਂ ਦਿੰਦੇ ਆ ਮੱਲੇ ਵਾਲੇ ਮੈਂ ਨਾਜ਼ਮ ਹੋ ਗਿਆ ਆ ਤੁਸੀਂ ਮੇਰਾ ਜੀੜਾ ਬਹਾਲ ਕੀਤਾ ਪਿਆ ਆ ਉਹ ਸਾਰਾ ਮੱਲਾ ਤੁਹਾਡੇ ਖਿਲਾਫ ਹੋਇਆ ਆ ਇਹ ਰਹਿਓ ਤੁਸੀਂ ਮੈਂ ਤੁਹਾਡਾ ਰਹਿਣ ਕੱਖ ਨੀ ਦੇਣਾ ਤੈਨੂੰ ਮੈਂ ਦੱਸ ਦਵਾਂ ਮਰਜ਼ੀ ਏ ਤੇਰੀ ਮਰਜ਼ੀ ਏ ਨਾਜ਼ਮ ਬਣ ਕੇ ਆਏ ਤੂੰ ਅਸੀਂ ਵੀ ਬਦਮਾਸ਼ ਬਣੇ ਹੈਗੇ ਆ ਮੇਰਾ ਪੁੱਤਰ ਸਾਡੇ ਮਾਈ ਬਾਪ ਆ ਕੌਣ ਚੋਈ ਸਾਹਿਬ ਤੇ ਤੂੰ ਕੌਣ ਹੈ ਫਿਰ ਚੋਈ ਸਾਹਿਬ ਇਹ ਬੜਾ ਅੱਛਾ ਵਾ ਉਹ ਬਗੈਰ ਤਾਂ ਚੋਰੀ ਕੋ ਡਰ ਹੂਈ 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 ਲੋ ਪੱਟ ਤੇ ਜਦੋਂ ਹੋਇਆ ਨਾ ਪਰਚਾ ਤੇ ਲੱਗ ਲੋ ਜਾਣੀ ਆ ਤੈਨੂੰ ਤਾਂ ਮੈਂ ਦੱਸ ਦਵਾਂ ਤੂੰ ਰੱਖਿਆ ਨਾ ਇੱਥੇ ਪਰਚਾ ਨਾ ਕਰਾਈ ਚੌਧਰੀ ਇਹਨੂੰ ਪਰੇ ਕਰ ਦੇ ਮੈਨੂੰ ਐ ਲੱਗਦਾ ਮੇਰੇ ਤੇ ਥੁੱਕਣ ਲੱਗਾ ਏ ਪਰੇ ਖਲੋ ਏ ਚੋਈ ਸਾਹਿਬ ਮੇਰੇ ਮੁੰਡੇ ਦਾ ਕੋਈ ਕਸੂਰ ਨਹੀਂ ਸ਼ੇਰਾ ਵਰਗਾ ਮੇਰਾ ਪੁੱਤਰ ਏ ਕੌਣ ਹੈ
खानदानी लोग मैं भैन ना कड़ लू जे जेड़ा इन खानदानी कहूगा ओ भैना कड़ी जाना है रक्षा चो सवारियां कड जा दफा हो जा बकवास करने आया चौरी जगह हैं तेनू हजे मेरा पता नहीं हैगा चौरी तेरे काम में चौधरी काम तेरे ओए नकाले दे फजल रहमान आ मुंडे अपने नु समझा ला आज फैसला जेड़ा होना है ना लग लो जाएगी ठीक है चोई साहब ए ताडी इजाजत तो बगैर उठेगा भी नहीं जिनी दर्द कर चौधरी दी इजाजत नहीं होनी थले अगे चल जा अगे चल जा अगे पानी अगे थले बैठ देखता किता आया देखता किता आया थले बैठे तेरिया जिन्निया भैणा जवान ने तुन तो जिथे दिल करे बह जा कर लड़ाई कर दी है मैं तेन दस मैं मेरा गल ओ करनी है जेडी सच्ची गल आ तू दस छड़ोल लड़ाई कर दी है ओ चौधरी जी असि छड़ोला ते तू साडे महल्ले दा नाज़म है तू ते फिर छड़ुला होया आ शरीफ आ नाम दा तेरा शरीफ आ अब्बा शर्म कर की तू छड़ुला दी महफिल लाके बैठा है तन मैं कह चौधरी दी इजाजत तो बगैर बोलना नहीं तू असल गल दस ते गल की आ चौधरी क्या गल की है एने ना पूरे पिंड दे विच वक्त पाया चौधरी साहब चौधरी की होया बुरखा पट गया सवारियां नूं हवा लगदी रहेगी आ बैठो मैं तुहाडी चाह लै आवां बदमानस तू भी कंजर हुंदा ते इत्थे होना सी डिजिटल कंजरो सबरी कंजरो बदमाशी एदा नहीं हुंदी मैं जेड़ा अज फैसला करना है ना सदके जावा चौधरी साहब साडी हक च अब्बा बेफिक्र हो जा फैसला साडे वल दा ही होना ही महीने का हो चौधरी कुड़िया ते बालियां ने साडे भी मदई फड़ ला
तेन पता ही नहीं हैगा किथे फैल मेरे नाल लग रही आ। तेरी फैल ठंडी आ नाल ला। ओ जी रा ओदा किते फीजा दे डेरे ते ले जा इन्हां नूं। सदके जावा बैगी तेरा दो फिटे चौधरी साहब फैसला हक ते होना हक ते जो मर्जी कर लो पर गल सुन ला ए खड़कने आ तेरी जेड़ी भैन ओ चौधरी मेरी भैन दा नाम तेरी ज़बान ते ना होवे मैं तेरी ज़बान ते रबड़ चढ़ा देंगा सब अगे हो मैं जो कोई नहीं अगे हो मैं जो अगे हो इन्हें थप्पड़ ना मार दे बड़ी गल कदी ओदी भैन कदी एदी भैन तेरी भैन किथे आ कम दे गई है फैसला काका जेड़ा चौधरी ने करना है चोक नहीं मारनी असी ठीक है चौधरी की गल करनी है जो कहेगा सानू मंजूर है चौधरी फैसला कर मार समा लगदा फैसला मैं सुनाउणा है जी सुन ला एरे हाथ फाड़ा है तेरी भैन जेड़ी है ना मेरे फैसले च मेरी भैन ना होवे कल्ला मेरा फैसला कर तेरी जेड़ी अमशीरा है हां ये कई कह इतना गुस्सा नहीं आंदा अमशीरा डैबो दा ना आया भैन दा ना आया तेरी भैन दा होएगा मरी ना चौरी असी ते मन्नी बैठे अगर तुसी ये फैसला नहीं मानते तो एक फैसला मेरा भी सुन लो हाँ मेरी इज्जत आ अगर मेरा फैसला तुहानू मंजूर नहीं तो मेरी इज्जत जड़ी रोल दियो अगर मेरा फैसला तुहानू कबूल आ फैसला कबूल है रोल दे जे तुम फैसला कबूल है तो मेरे ताज मेरे सिर ते रख दे चौधरी तू साडे सिर मत्ते थे तेरा फैसला सानू नहीं मंजूर सानू नहीं मंजूर भैन निकल जान जो मर्जी करो नहीं चौधरी मैं इस घर का मैं वड्डा वा मैनू तेरा हर फैसला कबूल है और साडे सिर ते वड्डा कोई नहीं चौधरी तां असी गुस्ताखी कीती असी माफी चाहुंदे आ तुसी साडे माई बाप हो फिर भी टुटियां बावा गल नूं आउंदियां भाई तेरी एडजस्टमेंट ते लाम होता चौधरी साहब ताडा फैसला मैनू कबूल है
लेकिन उस तो बाद ये लड़नगे नहीं। ये फैसला तुहानू कबूल है ते अज शगना दी ढोलकी दी आवाज जिहड़ी है मेरे घर तक पहुंचनी चाहीदी है। ठीक है ठीक है चौधरी, ढोलकी वाला चंगा सद लैंदे आ फिर। तेरा घर काफी दूर है, जां तू इदां कर रक्षा ते तेरे को अपना है, रात नूं फिर चले जी लेट। अज साडे घर ढोलकी दी एडी आवाज आएगी चौरी, तेरे घर दीआं वी नचण लग पैणगीआं। बड़ा गोडे अर्गा मूंह लैला।